ਬਰਸਾਤ ਦੇ ਵਿੱਚ ਖੁੱਲ੍ਹੇ ਆਸਮਾਨ ਹੇਠਾਂ ਸਮਰਾਲਾ ਦਾਣਾ ਮੰਡੀ ਦੇ ਵਿੱਚ ਕਣਕ ਦੀਆਂ ਬੋਰੀਆਂ ਭਿੱਜਦੀਆਂ ਰਹੀਆਂ, ਹਾਲਾਤ ਤਰਸਯੋਗ ਬਣੇ ਹੋਏ ਨੇ। ਦੱਸ ਦਈਏ ਕਿ ਭਾਰੀ ਬਰਸਾਤ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ। ਕਣਕ ਦੀ ਵਾਢੀ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਚੱਲ ਰਿਹਾ। ਇਸ ਸੰਬੰਧ ਵਿੱਚ ਸਮਰਾਲਾ ਦਾਣਾ ਮੰਡੀ ਦੇ ਵਿੱਚ ਜਾ ਕੇ ਕਣਕ ਦੀਆਂ ਬੋਰੀਆਂ ਦਾ ਹਾਲ ਵੇਖਿਆ ਗਿਆ ਤਾਂ ਬਹੁਤ ਹੀ ਤਰਸਯੋਗ ਹਾਲਤ ਹੈ ਜਿਹੜੀ ਦਾਣਾ ਮੰਡੀ ਸਮਰਾਲਾ ਦੇ ਵਿੱਚ ਵੇਖਣ ਨੂੰ ਮਿਲੀ। ਸਮਰਾਲਾ ਦਾਣਾ ਮੰਡੀ ਦੇ ਵਿੱਚ ਬਹੁਤ ਜਗ੍ਹਾ 'ਤੇ ਕਣਕ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਹੇਠ ਭਿੱਜਦੀਆਂ ਨਜ਼ਰ ਆਈਆਂ। ਮਾਰਕੀਟ ਕਮੇਟੀ ਸਮਰਾਲਾ ਦੇ ਕੀਤੇ ਗਏ ਦਾਣਾ ਮੰਡੀ ਦੇ ਵਿੱਚ ਪੁਖਤਾ ਪ੍ਰਬੰਧ ਦੇ ਝੂਠੇ ਦਾਅਵੇ ਵੇਖਣ ਨੂੰ ਮਿਲੇ। ਸਮਰਾਲੇ ਮੰਡੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਕਿਸਾਨਾਂ ਦੀ ਪੁੱਤਾਂ ਵਾਂਗੂ ਫਸਲ ਜੋ ਪਾਲੀ ਹੋਈ ਆ ਉਹ ਇੱਥੇ ਬਿਨਾਂ ਪ੍ਰਬੰਧ ਤੋਂ ਪਈ ਹੈ, ਤਰਪਾਲਾਂ ਨਹੀਂ ਹੈਗੀਆਂ। ਔਰ ਉਸ ਤੋਂ ਬਾਅਦ ਜਿਹੜੀ ਕਣਕ ਬੋਰੀਆਂ ਦੇ ਵਿੱਚ ਪੈ ਚੁੱਕੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਖੁੱਲ੍ਹੇ ਅਸਮਾਨ ਦੇ ਥੱਲੇ ਪਈ ਆ। ਰਾਤ ਦੀ ਬਾਰਿਸ਼ ਹੋ ਰਹੀ ਹੈ, ਇਸ ਟਾਈਮ ਵੀ ਬਾਰਿਸ਼ ਹੋ ਰਹੀ ਹੈ, ਲੇਕਿਨ ਮਾਰਕੀਟ ਕਮੇਟੀ ਵੱਲੋਂ ਕਿਸੇ ਵੀ ਚੀਜ਼ ਦਾ ਕੋਈ ਨਹੀਂ ਧਿਆਨ ਦਿੱਤਾ ਜਾਂਦਾ ਅਤੇ ਕਣਕ ਗਿੱਲੀ ਹੋ ਜਾਣੀ ਹੈ ਜਿਹੜੀ ਕਿ ਖਰਾਬ ਵੀ ਹੋ ਸਕਦੀ। ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਮਾਰਕੀਟ ਕਮੇਟੀ ਵੱਲੋਂ ਕਿ ਸਾਡੇ ਪੁਖਤਾ ਪ੍ਰਬੰਧ ਕੀਤੇ ਹੋਏ, ਕੀ ਕਿਵੇਂ ਕਹਿੰਦੇ ਤੁਸੀਂ? ਜੋ ਮਾਰਕੀਟ ਕਮੇਟੀ ਇਹ ਬੜਕਾ ਮਾਰਦੀ ਆ ਵੀ ਸਾਡੇ ਪ੍ਰਬੰਧ ਨੇ, ਇਹ ਪ੍ਰਬੰਧ ਬਿਲਕੁਲ ਜ਼ੀਰੋ ਨੇ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਨਾ ਤਾਂ ਇੱਥੇ ਪਾਣੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀਗਾ ਕਿਤੇ ਵੀ, ਅਤੇ ਨਾ ਹੀ ਕੋਈ ਜਿਵੇਂ ਮੌਸਮ ਪਿਛਲੇ ਦਿਨਾਂ 'ਚ ਖਰਾਬ ਹੋਇਆ ਨਾ ਉਦੋਂ ਤਰਪਾਲਾਂ ਦਾ ਪ੍ਰਬੰਧ ਸੀਗਾ। ਅਤੇ ਅੱਜ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਤੋਂ ਦੱਸਿਆ ਜਾ ਰਿਹਾ ਸੀ ਵੀ ਮੌਸਮ ਖਰਾਬ ਹੋਊਗਾ, ਮੀਂਹ ਆ ਸਕਦਾ, ਉਹਦੇ ਲਈ ਤਾਂ ਬਿਲਕੁਲ ਵੀ ਪ੍ਰਬੰਧ ਨਹੀਂ ਕੀਤੇ ਗਏ। ਲੱਖਾਂ ਦੀ ਤਾਦਾਦ ਦੇ ਵਿੱਚ ਸਮਰਾਲਾ ਮੰਡੀ ਦੇ ਵਿੱਚ ਜੋ ਬੋਰੀਆਂ ਪਈਆਂ ਨੇ ਉਹ ਬਿਨਾਂ ਤਰਪਾਲਾਂ ਤੋਂ ਪਈਆਂ ਨੇ, ਜਿਹਦੇ 'ਤੇ ਕੰਟੀਨਿਊ ਮੀਂਹ ਪੈ ਰਹੇ। ਗੁਰਜੀਤ ਸਿੰਘ, ਸਕੱਤਰ ਮਾਰਕੀਟ ਕਮੇਟੀ ਪੂਰਾ। ਅਸੀਂ ਦੱਸਦੇ ਹਾਂ ਵੀ ਅਸੀਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ 2,11,700 ਟੋਟਲ ਆਮਦ ਆਈ ਹੈ ਮੰਡੀ ਵਿੱਚ, ਜਿਹਦੇ ਵਿੱਚੋਂ 11,323 ਦੀ ਪਰਚੇਜ ਹੋ ਚੁੱਕੀ ਹੈ ਜੀ। ਸਾਰੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਆ, ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਬੋਰੀਆਂ ਆਸਮਾਨ ਥੱਲੇ ਪਈਆਂ ਨੇ, ਆਪਾਂ ਸਾਰੇ ਸੈਕਟਰੀ ਸਾਹਿਬਾਨ ਨੂੰ ਜਿਹੜੇ ਆਪਣੇ ਆੜਤੀ ਸਾਹਿਬਾਨ ਹੈ ਇਹਨਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਵੀ ਆਪਣੀ ਤਰਪਾਲਾਂ ਨਾਲ ਕਿਸਾਨਾਂ ਦੀਆਂ ਬੋਰੀਆਂ ਕਵਰ ਕੀਤੀਆਂ ਜਾਣ। ਅਸੀਂ ਜੀ ਮਤਲਬ ਇਹਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਵੀ ਆਪਣੀ ਜਿਹੜੀ ਵੀ ਮਤਲਬ ਹੈਗੀਆਂ ਕਣਕ ਦੀ ਢੇਰੀ ਕਿਸਾਨ ਤੋਂ ਆਉਂਦੀ ਹੈਗੀ ਆ ਉਹਨੂੰ ਮਤਲਬ ਕਵਰ ਕੀਤਾ ਜਾਵੇ, ਤਰਪਾਲਾਂ ਵੱਲੋਂ ਅਰੇਂਜਮੈਂਟ ਆੜਤੀ ਸਾਹਿਬਾਨ ਵੱਲੋਂ ਕੀਤਾ ਜਾਂਦਾ। ਹਾਂਜੀ, ਇਹ ਅਰੇਂਜਮੈਂਟ ਜੀ ਆਪਣੇ ਆੜਤੀਆਂ ਵੱਲੋਂ ਕੀਤਾ ਜਾਣਾ ਹੁੰਦਾ ਜੀ। ਜਦੋਂ ਵੀ ਉਹਨਾਂ ਕੋਲ ਕਿਸੇ ਵੀ ਕਿਸਾਨ ਦੀ ਜਿਣਸ ਆਉਂਦੀ ਹੈ ਤਾਂ ਉਹਨੂੰ ਮਤਲਬ ਹੋਣ ਤੋਂ ਪਹਿਲੇ ਉਹਨਾਂ ਨੂੰ ਮਤਲਬ ਤਰਪਾਲਾਂ ਨਾਲ ਕਵਰ ਕੀਤਾ ਜਾਂਦਾ ਜੇ ਕਿ ਮੌਸਮ ਖਰਾਬ ਹੁੰਦਾ ਹੈ। ਅਸੀਂ ਇਸ ਸੰਬੰਧੀ ਸਾਰੇ ਆੜਤੀਆਂ ਨੂੰ ਮੈਸੇਜ ਲਗਾ ਚੁੱਕੇ ਸੀਗੇ ਅਤੇ ਇਹਨਾਂ ਨੂੰ ਲਿਖਤੀ ਤੌਰ 'ਤੇ ਵੀ ਕਿਹਾ ਹੈਗਾ ਵੀ ਤੁਸੀਂ ਮਤਲਬ ਆਪਣੇ ਤਰਪਾਲਾਂ ਹਦਾਇਤਾਂ ਅਨੁਸਾਰ ਕਵਰ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇ। ਹਾਂਜੀ, ਉਹਨਾਂ ਨੂੰ ਜੀ ਅਸੀਂ ਨੋਟਿਸ ਕੱਢ ਦਾਂਗੇ ਜੀ, ਮਤਲਬ ਏਦਾਂ ਦੀਆਂ ਗੱਲ। ਹਾਂਜੀ, ਸਮਰਾਲਾ ਤੋਂ ਲਖਵਿੰਦਰ ਸਿੰਘ ਕਪਰੀ ਦੀ ਰਿਪੋਰਟ, ਲੁਧਿਆਣਾ ਲਾਈਵ।